ਹਰ ਗਾਂਧੀ ਪੰਜਾਬ ਦੇ ਆਗੂਆਂ ਨੂੰ ਕਾਫੀ ਸਮਾਂ ਦੇ ਰਹੇ ਨੇ ਪਿਛਲੇ ਦਿਨਾਂ ਤੋਂ ਬਲਵੀਰ ਸਿੰਘ ਸਿੱਧੂ ਨੂੰ ਵੀ ਮਿਲਣੇ ਨੇ ਹੋਰਨਾਂ ਨੂੰ ਵੀ ਮਿਲਦੇ ਪਰ ਖਾਸ ਕਰ ਇਹ ਹੈ ਕਿ ਇਹ ਜੋ ਭੱਜੇ ਜਾਂਦੇ ਨੇ ਸਾਰੇ ਕੀ ਗੱਲ ਚੰਡੀਗੜ੍ਹ ਦੀ ਹਵਾ ਚ ਨੁਕਸਾ ਕੋਈ ਇਹ ਉਹ ਚੰਡੀਗੜ੍ਹ ਨਹੀਂ ਆ ਕੇ ਪੰਜਾਬ ਦਾ ਮਸਲਾ ਦੇਖ ਸਕਦੇ ਤਾਂ ਫਿਰ ਇਹ ਜਿਹੜੇ ਖਰਚੇ ਨੇ ਸਰਕਾਰੀ ਖਰਚੇ ਹੈਲੀਕਾਪਟਰਾਂ ਦੇ ਤੇ ਹੋਰਨਾਂ ਦੇ ਇਹ ਸਾਰੇ ਦਾ ਜ਼ਿੰਮੇਵਾਰ ਕੌਣ ਹੋਵੇ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੀ ਕੜੀ ਕਾਂਗਰਸ ਨੇ ਘੋੜੀ ਹੈ ਇਸ ਦਾ ਨੁਕਸਾਨ ਪੰਜਾਬ ਨੂੰ ਜ਼ਰੂਰ ਹੋਇਆ ਜਨਜੀਤ ਸਿੰਘ ਚੰਨੀ ਤੋਂ ਉਮੀਦ ਰੱਖਣੀ ਕਿ ਕੁਝ ਦਿਨ ਪਹਿਲਾਂ ਤੇ ਆਪਣੇ ਬੇਟੇ ਨੂੰ ਤੇ ਨੂੰ ਨੂੰ ਲੈ ਕੇ ਗਏ ਹੋਏ ਸੀ ਅਸ਼ੀਰਵਾਦ ਲੈਣ ਤੇ ਹੁਣ ਇਹ ਕਹਿਣਗੇ ਕਿ ਕਾਂਗਰਸ ਵਿੱਚੋਂ ਉਹਨਾਂ ਨੂੰ ਕੱਢ ਦਿਓ ਛੁੱਟੀ ਕਰ ਦਿਓ ਕਿ ਸਾਡੇ ਖਿਲਾਫ ਬੋਲ ਰਹੇ ਨੇ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੋਵੇਂ ਪੰਜਾਬ 'ਚ ਨਹੀਂ ਦਿੱਲੀ ਦੀ ਫੇਰੀ ਤੇ ਨੇ ਉਹਨਾਂ ਦੋਵਾਂ ਦਾ ਉੱਥੇ ਜਾਣ ਦਾ ਕਾਰਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਦਿੱਲੀ ਤੇ ਮੌਜੂਦਾ ਮੁੱਖ ਮੰਤਰੀ ਵੀ ਦਿੱਲੀ ਜੀ ਖੈਰ ਆਪਾਂ ਚਰਨਜੀਤ ਸਿੰਘ ਚੰਨੀ ਦੀ ਫੇਰੀ ਦੀ ਪਹਿਲਾਂ ਗੱਲ ਕਰਾਂਗੇ ਜੀ ਕੱਲ ਉਹਨਾਂ ਦਾ ਕਾਫੀ ਗੰਮਗੰਮੀ ਵਾਲਾ ਦਿਨ ਸੀ ਤੇ ਉਸ ਤੋਂ ਬਾਅਦ ਹੈਲੀਕਾਪਟਰ ਆਹੀਂ ਰਵਾਨਾ ਹੋ ਗਿਆ ਰਾਹੁਲ ਗਾਂਧੀ ਨੂੰ ਮਿਲੇ ਨੇ ਤੇ 2.5 ਘੰਟੇ ਦੇ ਲਾਗੇ ਉਹਨਾਂ ਦੀ ਮੁਲਾਕਾਤ ਹੋਈ ਹੈ ਜੀ ਇਹ ਕੱਲ ਮੇਰੇ ਸਮਝ ਨਹੀਂ ਆਉਂਦੀ ਕਿ ਰਾਹੁਲ ਗਾਂਧੀ ਪੰਜਾਬ ਦੇ ਆਗੂਆਂ ਨੂੰ ਕਾਫੀ ਸਮਾਂ ਦੇ ਰਹੇ ਨੇ ਪਿਛਲੇ ਦਿਨਾਂ ਤੋਂ ਬਲਵੀਰ ਸਿੰਘ ਸਿੱਧੂ ਨੂੰ ਵੀ ਮਿਲ ਨੇ ਹੋਰਨਾਂ ਨੂੰ ਵੀ ਮਿਲਦੇ ਜੀ ਪਰ ਖਾਸ ਕਰ ਲਏ ਹੈ ਕਿ ਇਹ ਜੋ ਭਜੇ ਜਾਂਦੇ ਨੇ ਸਾਰੇ ਕੀ ਗੱਲ ਚੰਡੀਗੜ੍ਹ ਦੀ ਹਵਾ ਚ ਨੁਕਸਾ ਕੋਈ ਜੀ ਰਾਹੁਲ ਗਾਂਧੀ ਜੇ ਵਿਲੇ ਨੇ ਹੋਰ ਕੋਈ ਉਹਨਾਂ ਨੂੰ ਖਾਸ ਕੰਮ ਨਹੀਂ ਹੈ ਤੇ ਉਹ ਪਟਿਆਲੇ ਜਾਂ ਲੁਧਿਆਣੇ ਜਾਂ ਚੰਡੀਗੜ੍ਹ ਕਿਉਂ ਨਹੀਂ ਆ ਸਕਦੇ ਜੀ ਕੀ ਲੋਕ ਸਭਾ ਦਾ ਸੈਸ਼ਨ ਤਾਂ ਨਹੀਂ ਚੱਲਦਾ ਕੋਈ ਹੋਰ ਕਿਤੇ ਤਾਂ ਨਹੀਂ ਉਹ ਗਏ ਗਏ ਤੇ ਆਪਣੇ ਘਰ ਹੀ ਨੇ ਜੀ ਜੇ ਉਹ ਚੰਡੀਗੜ੍ਹ ਨਹੀਂ ਆ ਕੇ ਪੰਜਾਬ ਦਾ ਮਸਲਾ ਦੇਖ ਸਕਦੇ ਤਾਂ ਫਿਰ ਇਹ ਜਿਹੜੇ ਖਰਚੇ ਨੇ ਸਰਕਾਰੀ ਖਰਚੇ ਹੈਲੀਕਾਪਟਰਾਂ ਦੇ ਤੇ ਹੋਰ ਨਾ ਦੇ ਤੇ ਪਿੱਛੋਂ ਕੰਮਕਾਜ ਵੀ ਠੱਪ ਹੋ ਜਾਂਦਾ ਹੈ ਇਹ ਸਾਰੇ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੀ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੀ ਕੜੀ ਕਾਂਗਰਸ ਨੇ ਘੋਲੀ ਹੈ ਇਸ ਦਾ ਨੁਕਸਾਨ ਪੰਜਾਬ ਨੂੰ ਜ਼ਰੂਰ ਹੋਇਆ ਜੀ ਹੁਣ ਦੂਜੇ ਤਰੀਕੇ ਨਾਲ ਸੋਚੀਏ ਤਾਂ ਕਈ ਕਹਿਣਗੇ ਕਿ ਫਾਇਦਾ ਵੀ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਕੁਝ ਕਰਨੀ ਸੀ ਰੇ ਉਹ ਉਤਰ ਗਏ ਤੇ ਹੁਣ ਚੰਨੀ ਸਾਹਿਬ ਰੋਜ਼ ਕੰਮ ਕਰ ਰਹੇ ਨੇ ਬੜੇ ਕੰਮ ਹੋ ਰਹੇ ਨੇ ਟਰਾਂਸਪੋਰਟ ਮਾਫੀਆ ਤੇ ਹੱਥ ਪੈ ਗਿਆ ਨੌکریاں ਆ ਰਹੀਆਂ ਨੇ ਸਭ ਕੁਝ ਹੋ ਰਿਹਾ ਜੀ ਪਰ ਅਸਲੀਅਤ ਇੰਜ ਨਹੀਂ ਹੈ ਦਿੱਲੀ ਦਰਬਾਰ ਤੋਂ ਛੋਟੀ ਛੋਟੀ ਗਲਤੀ ਮੰਜ਼ੂਰੀ ਜਿਹੜੀ ਹੈ ਨਾ ਉਹ ਪੰਜਾਬ ਨੂੰ ਕਾਫੀ ਮਹਿੰਗੀ ਪੈ ਰਹੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਅਖੀਰਲੇ ਤਕਰੀਬਨ 5 ਕੋ ਮਹੀਨੇ ਰਹਿੰਦੇ ਹੋਇਆ ਜਦ ਕੇ ਰੋਲਾ ਪਿੰਦੇ ਨੇ ਤੇ 1.5 ਸਾਲ ਹੋ ਗਿਆ ਸੀ ਕਿ ਕੰਮ ਕੋਈ ਨਹੀਂ ਹੋ ਰਿਹਾ ਤੇ ਫਿਰ ਚਲੋ 4.5 ਸਾਲ ਦਾ ਨਾਂ ਸਹੀ ਤੇ ਪਿਛਲੇ 1.5 ਸਾਲ ਦਾ ਹਿਸਾਬ ਕੌਣ ਦੇਵੇਗਾ ਜੀ ਇਹ ਤੇ ਇਸੇ ਰਾਮ ਰੋਲੇ ਦੇ ਵਿੱਚ ਲੰਘ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਕੁਝ ਕਰਦੇ ਨਹੀਂ ਕੋਈ ਇਕੱਠਾ ਇਕੱਠੇ ਹੋ ਕੇ ਦੋ ਚਾਰ ਜਣੇ ਸ਼ਿਕਾਇਤ ਲਾਉਣ ਦਿੱਲੀ ਪਹੁੰਚ ਜਾਂਦੇ ਸੀ ਜੀ ਉਹ ਅਜੇ ਵਾਪਸ ਨਹੀਂ ਸੀ ਆਉਂਦੇ ਤੇ ਨਵੇਂ ਜਿਹੜੇ ਸੀ ਕੈਪਟਨ ਸਾਹਿਬ ਤੇ ਹਮਾਇਤੀ ਉੱਥੇ ਪਹੁੰਚ ਜਾਂਦੇ ਸੀ ਜੀ ਚੰਨੀ ਸਾਹਿਬ ਦਿੱਲੀ ਗਏ ਨੇ ਦੱਸਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਜੋ ਮੁਲਾਕਾਤ ਹੋਈ ਹੈ ਉਹ ਇਸੇ ਗੱਲ ਤੇ ਹੋਈ ਹੈ ਕਿ ਨਵੀਂ ਪਾਰਟੀ ਦਾ ਸਾਡੇ ਤੇ ਕੀ ਅਸਰ ਪਏਗਾ ਜੀ ਜੇ ਉੱਥੇ ਜਾ ਕੇ ਇੰਨੀ ਗੱਲ ਹੀ ਕਰਨੀ ਹੈ ਕਿ ਕੀ ਅਸਰ ਪਏਗਾ ਤੇ ਮੇਰੇ ਖਿਆਲ ਜਾਣ ਦੀ ਲੋੜ ਨਹੀਂ ਸੀ ਜੀ ਅੱਜ ਤਕਨੀਕ ਦਾ ਯੁੱਗ ਹੈ ਕੋਈ ਵੀ ਤਰੀਕਾ ਵਰਤਿਆ ਜਾ ਸਕਦਾ ਸੀ ਖੈਰ ਸ਼ਾਇਦ ਉਹ ਵੀ ਕੋ ਡਰ ਹੋਵੇ ਕਿ ਰਾਤ ਵਿੱਚ ਕੋਈ ਸੁਣਨਾ ਲਵੇ ਸਾਡੇ ਸੰਦੇਸ਼ ਪੜ੍ਹਨ ਨਾ ਲਵੇ ਜੀ ਇਸ ਕਰਕੇ ਬੈਠ ਕੇ ਗੱਲ ਕਰਨੀ ਜ਼ਿਆਦਾ ਜਾਇਜ਼ ਹੋਵੇਗੀ ਕੁਲਦੀਪ ਜੀ ਵੈਸੇ ਅੱਜਕੱਲ ਕਹਿੰਦੇ ਕੰਦਾਂ ਦੇ ਵੀ ਕੰਨ ਹੁੰਦੇ ਐ ਉਹ ਜਿਹੜਾ ਡਰਦਾ ਉਹਨਾਂ ਦੇ ਘਰ ਦੇ ਅੰਦਰ ਵੀ ਹੋ ਸਕਦਾ ਮੈਂ ਉਹ ਹੀ ਗੱਲ ਕਰ ਰਿਹਾ ਜੀ ਕਿ ਜੇ ਉਹ ਘਰ ਵੀ ਉੱਥੇ ਬੈਠੇ ਹੋਣਗੇ ਜੀ ਤੇ ਉੱਥੇ ਵੀ ਇਹ ਜਿਹਾ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਦੇ ਘਰ ਵਿੱਚ ਕੋਈ ਉਹ ਜਿਹਾ ਸਿਸਟਮ ਹੋਵੇ ਜਿੱਥੋਂ ਰਿਕਾਰਡਿੰਗ ਹੋ ਕੇ ਤੇ ਕਿਸੇ ਪਾਸੇ ਜਾ ਸਕਦੀ ਹੋਵੇ ਜੀ ਖੈਰ ਕਿਆ ਸਰਾਈਆਂ ਸਨ ਚੰਨੀ ਸਾਹਿਬ ਦੀ ਫੇਰੀ ਦੀਆਂ ਕਿ ਉਹ ਕੈਪਟਨ ਨੂੰ ਕਾਂਗਰਸ ਪਾਰਟੀ ਵਿੱਚੋਂ ਛੁੱਟੀ ਕਰਨ ਲਈ ਪੱਕੇ ਤੌਰ ਤੇ ਐਲਾਨ ਕਰਵਾਉਣ ਜਾ ਸਕਦੇ ਨੇ ਜੀ ਪਰ ਤੁਸੀਂ ਯਾਦ ਰੱਖੋ ਇਹ ਕੰਮ ਕਿ ਚਰਨਜੀਤ ਸਿੰਘ ਚੰਨੀ ਕਰਨਗੇ ਜਾਂ ਗਾਂਹ ਹੋ ਕੇ ਸਿੱਧੀ ਮੰਗ ਕਰਨਗੇ ਇਸ ਗੱਲ ਦਾ ਮੈਨੂੰ ਥੋੜਾ ਜਿਹਾ ਸ਼ੱਕ ਹੈ ਜੀ ਇਹ ਕੰਮ ਤੇ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੀ ਕਰਨਗੇ ਜਿਨ੍ਹਾਂ ਨੇ ਪਹਿਲਾਂ ਕੀਤਾ ਉਹੀ ਹੁਣ ਕਰਨਗੇ ਜੀ ਜਿਹੜਾ ਬਲੂ ਉਹੀ ਕੁੰਡਾ ਖੋਲੂ ਜੀ ਚਰਨਜੀਤ ਸਿੰਘ ਚੰਨੀ ਤੋਂ ਉਮੀਦ ਰੱਖਣੀ ਕਿ ਕੁਝ ਦਿਨ ਪਹਿਲਾਂ ਤੇ ਆਪਣੇ ਬੇਟੇ ਨੂੰ ਤੇ ਨੂੰ ਨੂੰ ਲੈ ਕੇ ਗਏ ਹੋਏ ਸੀ ਅਸ਼ੀਰਵਾਦ ਲੈਣ ਤੇ ਹੁਣ ਇਹ ਕਹਿਣਗੇ ਕਿ ਕਾਂਗਰਸ ਵਿੱਚੋਂ ਉਹਨਾਂ ਨੂੰ ਕੱਢ ਦਿਓ ਛੁੱਟੀ ਕਰ ਦਿਓ ਕਿਉਂ ਸਾਡੇ ਖਿਲਾਫ ਬੋਲ ਰਹੇ ਨੇ ਜੀ ਦੂਸਰੀ ਗੱਲ ਇਹ ਵੀ ਹੈ ਕਿ ਅਜ ਤੱਕ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਤਾਂ ਕੁਝ ਬੋਲੇ ਨਹੀਂ ਉਹ ਜਿਨ੍ਹਾਂ ਦੇ ਖਿਲਾਫ ਬੋਲ ਰਹੇ ਨੇ ਉਹ ਮੰਗ ਕਰ ਵੀ ਸਕਦੇ ਨੇ ਉਹਨਾਂ ਦੀ ਮੰਗ ਦਾ ਹੁਣ ਬਹੁਤਾ ਅਸਰ ਵੀ ਨਹੀਂ ਜੀ ਪਰ ਕੈਪਟਨ ਸਾਹਿਬ ਨੂੰ ਪਾਰਟੀ ਦੇ ਵਿੱਚ ਰੱਖਣਾ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਕਾਂਗਰਸ ਹਾਈ ਕਮਾਂਡ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ ਉਸ ਤੇ ਮੋਹਰ ਲੱਗਦੀ ਹੈ ਕਿ ਨਹੀਂ ਕਾਂਗਰਸ ਆਈ ਕਮਾਨ ਵਿੱਚ ਉਹ ਦਮ ਨਹੀਂ ਜੋ ਕਰੇ ਹੋਇਆ ਕਰਦਾ ਸੀ ਜੀ ਕਾਂਗਰਸ ਆਈ ਕਮਾਨ ਨੇ ਹੁਣ ਤੱਕ ਇੰਨਾ ਬਰਦਾਸ਼ਤ ਕਰ ਲਿਆ ਔਰ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸੋਲੇ ਕੈਪਟਨ ਅਮਰਿੰਦਰ ਸਿੰਘ ਨੇ ਗਾਏ ਨੇ ਉਸ ਤੋਂ ਬਾਅਦ ਕਾਂਗਰਸ ਆਈ ਕਮਾਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨਾ ਇਸ ਕੱਲ ਦਾ ਵੱਡਾ ਸੰਕੇਤ ਹੈ ਸੰਕੇਤ ਹੈ ਕਿ ਕਾਂਗਰਸ ਪਾਰਟੀ ਅਜੇ ਵੀ ਕੁਝ ਜਿਹੜਾ ਹੈ ਮੇਲ ਮਲਾਪ ਕਰਨ ਦੇ ਚੱਕਰ ਦੇ ਵਿੱਚ ਹੈ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਰੱਖਣ ਦੇ ਰੋਂ ਵਿੱਚ ਨੇ ਹਾਲਾਂਕਿ ਕੁਝ ਆਗੂ ਨੇ ਕਹਿਤਾ ਕਿ ਜਾ ਸਕਦਾ ਜਿੱਥੇ ਜਾਣਾ ਚਾਹੁੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਪਰ ਹਾਈ ਕਮਾਂਡ ਦੇ ਗਲੇ ਚ ਇੱਕ ਗੱਲ ਉਤਰ ਰਹੀ ਨਹੀਂ ਜਾਪਦੀ ਉਹ ਇਸ ਗੱਲ ਨੂੰ ਸਮਝਣ ਤੋਂ ਅਸਮਰਥ ਨੇ ਕਿ ਇਸ ਨਾਲ ਕੋ ਸਾਨੂੰ ਫਰਕ ਨਹੀਂ ਪੈਂਦਾ ਉਹ ਵਾਕਈ ਸਮਝਦੇ ਨੇ ਕਿ ਕੈਪਟਨ ਦਾ ਵਿਅਕਤੀਤਵ ਬਹੁਤ ਅਜੀਬੀ ਵੱਡਾ ਹੈ ਪੰਜਾਬ ਵਿੱਚ ਸਾਨੂੰ ਜ਼ਰੂਰ ਫਰਕ ਪੈਗਾ ਜੀ ਇਸੇ ਫਰਕ ਤੋਂ ਡਰਦੇ ਅਜੇ ਉਹ ਆਪਣੇ ਪੱਤੇ ਨਹੀਂ ਖੋਲ ਰਹਾ ਤੇ ਕੈਪਟਨ ਸਾਹਿਬ ਨੂੰ ਆਪਣੇ ਬਨੋਂ ਨਹੀਂ ਕਹਿ ਰਿਹਾ ਕਿ ਬਾਏ ਬਾਏ ਜੀ ਕੈਪਟਨ ਸਾਹਿਬ ਤੇ ਕਹਿ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਸੋਲੇ ਉਹ ਜਿਹੜੇ ਗਾ ਰਹੇ ਨੇ ਉਸ ਦਾ ਸਿੱਧਾ ਸਿੱਧਾ ਮਤਲਬ ਤੇ ਕਾਂਗਰਸ ਦੀ ਜਿਹੜੀ ਆ ਮੂਲ ਨੀਤੀਆਂ ਨੇ ਉਹਨਾਂ ਦੀ ਖਿਲਾਫਤ ਹੈ ਤੇ ਉਹਦੇ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੂੰ ਕਾਂਗਰਸ ਵਿੱਚ ਬਣਾ ਕੇ ਰੱਖਣਾ ਮੈਨੂੰ ਸਮਝ ਨਹੀਂ ਆਉਂਦਾ ਚੰਨੀ ਸਾਹਿਬ ਦੀ ਫੇਰੀ ਜਿਹੜੀ ਹੈ ਸ਼ਾਇਦ ਇਹਨਾਂ ਗੱਲਾਂ ਤੇ ਕੇਂਦਰਿਤ ਹੋਵੇ ਕਿ ਕਿਤੇ ਨਾ ਕਿਤੇ ਬਚਬਿਚਾ ਕਰ ਲਈਏ ਕੈਪਟਨ ਸਾਹਿਬ ਉਧਰ ਵੀ ਨਾ ਜਾਣ ਤੇ ਅਸੀਂ ਵੀ ਉਹਨਾਂ ਨੂੰ ਬਹੁਤਾ ਛੱਡਿਆ ਨਾ ਚਲੋ ਮੁੱਖ ਮੰਤਰੀ ਤੇ ਹੁਣ ਬਣੇ ਹੀ ਆ ਉਹ ਹਨ ਨਹੀਂ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਚੋਣਾਂ ਤੱਕ ਨਾਲ ਜਿਆ ਰੱਖ ਲਈਏ ਕਿਸੇ ਤਰੀਕੇ ਤੇ ਫਿਰ ਸ਼ਾਇਦ ਸਾਡਾ ਕੋਈ ਬਚ ਬਚਾਅ ਹੋ ਜਾਵੇ